ਅਕਾਲ ਜੀ ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਆ ਜਾਓ ਕਿਰਾਂ ਜੁੜ ਜਾਓ ਜ਼ਰੂਰੀ ਗੱਲ ਕਰਨੀ ਹੈ ਮੇਰਾ ਆਪਦਾ ਫੋਨ ਤਾਂ ਨਹੀਂ ਲੱਭਿਆ ਪਰ ਗੱਲ ਬੜੀ ਜ਼ਰੂਰੀ ਹੈ ਇਸ ਕਰਕੇ ਹਰਪ੍ਰੀਤ ਬਾਈ ਦੇ ਫੋਨ ਤੋਂ ਲਾਈਵ ਹੋ ਰਹੇ ਹਾਂ ਸੋ ਪਹਿਲੀ ਗੱਲ ਤਾਂ ਤੁਹਾਡੇ ਨਾਲ ਇਹ ਕਰਨੀ ਹੈ ਵੀ ਬੱਲੇ ਪੰਜਾਬੀਓ ਜਵਾਨੋ ਮੰਨ ਲਓ ਨਜ਼ਾਰਾ ਲਿਆਤਾ ਤੁਸੀਂ ਨਜ਼ਾਰਾ ਐਂ ਬਣਤਾ ਵੀ ਦਿੱਲੀ ਤੜਪ ਉੱਠੀ ਦਿੱਲੀ ਤੱਕ ਸਾਡੀ ਆਵਾਜ਼ ਪਹੁੰਚ ਗਈ ਮੈਨੂੰ ਹੁਣੇ 5 ਮਿੰਟ ਪਹਿਲਾਂ RSS ਤੋਂ ਫੋਨ ਆਇਆ ਵੀ ਮਿਲਣਾ ਚਾਹੁੰਦੇ ਆ ਔਰ ਉਹ ਵੀ ਉਹਨਾਂ ਦੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਆਪਾਂ ਕਹਿੰਦੇ ਹੁੰਦੇ ਆ ਨਾ ਉਹਨਾਂ ਦਾ ਫੋਨ ਆਇਆ ਵੀ ਮਿਲਣਾ ਚਾਹੁੰਦੇ ਆ ਮੇਰੀ ਰਹਿਰਾ ਸਾਹਿਬ ਦਾ ਟਾਈਮ ਆ ਤੇ ਮੇਰੀ ਸੌਂਹ ਆ ਇਸ ਧਰਤੀ ਤੇ ਇਸੇ ਕਰਕੇ ਖੜਾ ਮੈਂ ਖੇਤਾਂ 'ਚ ਇਸੇ ਕਰਕੇ ਖੜਾ ਸੌਂਹ ਆ ਮੈਨੂੰ ਸਾਡੀ ਧਰਤੀ ਦੀ ਸੌਂਹ ਆ ਇਸ ਪੰਜਾਬ ਦੀ ਤੇ ਸੌਂਹ ਆ ਸਾਡੇ ਲੋਕਾਂ ਦੀ ਜੇ ਮੈਂ ਹਿੱਲਿਆ ਤਾਂ ਜੇ ਮੇਰੀ ਵਫਾਦਾਰੀ ਹਿੱਲੀ ਤਾਂ ਹੁਣ ਪਰ ਇੱਕ ਗੱਲ ਦੇਖਣੀ ਪਊਗੀ ਇੱਕ ਗੱਲ ਸਾਨੂੰ ਵਾਚਣੀ ਪਊਗੀ ਕੱਲ ਸਾਨੂੰ ਬਹੁਤ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਸੀ ਸਾਡੀ ਜਵਾਨੀ ਨਸ਼ਿਆਂ ਤੇ ਲਾਤੀ ਚਿੱਟੇ ਤੇ ਲਾਤੀ ਤੇ ਲਾਤੀ ਗਾਣਿਆਂ ਤੇ ਲਾਤੀ ਪਰ ਜਵਾਨੀ ਨੇ ਦੱਸਤਾ ਦਿੱਲੀ ਤੜਪ ਉੱਠੀ ਇੱਕ ਵਾਰੀ ਘਬਰਾ ਗਏ ਉਹ ਵੀ ਇਹ ਜਵਾਨੀ ਤਾਂ ਜਿਹੜੀ ਅਸੀਂ ਖਤਮ ਕਰਤੀ ਸੀ ਸਮਝੀ ਬੈਠੇ ਸੀ ਵੀ ਇਹ ਤਾਂ ਖਤਮ ਹੋ ਗਏ ਆ ਇਹ ਕਿੱਥੋਂ ਆ ਗਏ ਇਹ ਪਤੰਦਰ ਕਿੱਥੋਂ ਇਕੱਠੇ ਹੋ ਗਏ ਇੰਨੇ ਨਜ਼ਾਰਾ ਲਿਆਤਾ ਮੱਲੋ ਮੈਂ ਮਾਣ ਕਰਦਾ ਸਿਜਦਾ ਕਰਦਾ ਤੁਹਾਡੇ ਜਜ਼ਬੇ ਨੂੰ ਇਸ ਜਜ਼ਬੇ ਨੂੰ ਅੰਦਰ ਪਾਲ ਕੇ ਰੱਖਿਓ ਇਸ ਜਜ਼ਬੇ ਦੀ ਬਹੁਤ ਜ਼ਰੂਰਤ ਆ ਇਹਨੂੰ ਅੰਦਰ ਪਾਲ ਕੇ ਰੱਖਿਓ ਇਸ ਜੋਸ਼ ਨੂੰ ਪਾਲ ਕੇ ਰੱਖਿਓ ਇੱਕ ਗੱਲ ਯਾਦ ਰੱਖਿਓ ਇਤਿਹਾਸ ਇਸ ਧਰਤੀ ਤੋਂ ਹੀ ਰਚੇ ਜਾਂਦੇ ਆ ਇਸ ਧਰਤੀ ਦੀ ਹਿੱਕ ਤੇ ਹੀ ਇਤਿਹਾਸ ਅਸੀਂ ਲਿਖੇ ਆ ਬਾਕੀ ਤਾਂ ਮਿਥਿਹਾਸ ਲਈ ਫਿਰਦੇ ਆ ਅਸੀਂ ਇਤਿਹਾਸ ਲਿਖੇ ਆ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਡਲੂਆ ਸ਼ਾਮ ਸਿੰਘ ਅਟਾਰੀ ਵਾਲਾ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਇਸ ਧਰਤੀ ਨੇ ਹੀ ਪੈਦਾ ਕੀਤੇ ਆ ਅਸੀਂ ਇਤਿਹਾਸ ਲਿਖਾਂਗੇ ਤੁਹਾਡੀ ਹਿੰਮਤ ਤੁਹਾਡਾ ਜਜ਼ਬਾ ਤੁਹਾਡਾ ਹੌਸਲਾ ਐਂ ਬੁਲੰਦ ਰੱਖਿਓ ਮਿੱਤਰੋ ਅਸੀਂ ਇੱਕ ਗੱਲ ਅਸੀਂ ਆਪਦੇ ਆਪ 'ਚ ਮੈਂ ਪ੍ਰਣ ਕਰ ਲਿਆ ਤੁਸੀਂ ਪ੍ਰਣ ਕਰ ਲਓ ਸਮਰਪਿਤ ਹੋ ਕੇ ਉਹ ਸਮਰਪਣ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾਂ ਮਨ ਚਾਹੋ ਕਨੇਰਾ ਤੇਰਾ ਤੁਝਕੋ ਸੌਂਪ ਕੇ ਕਿਆ ਲਾਗੇ ਮੇਰਾ ਉਹ ਸਮਰਪਣ ਚਾਹੀਦਾ ਸਾਨੂੰ ਜਿਵੇਂ ਮੈਂ ਕਹਿੰਦਾ ਹੁੰਦਾ ਸਾਡੇ ਜ਼ਮੀਰ ਦੀ ਸਾਡੇ ਅੰਦਰ ਦੀ ਆਵਾਜ਼ ਆ ਇੱਥੇ ਹਿੱਕ 'ਚੋਂ ਕੱਢਾਂਗੇ ਜੇ ਸਾਡੀ ਜ਼ਮੀਰ ਮਰ ਗਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੁੰਦੇ ਸੀ ਸਰੀਰਕ ਮੌਤ ਮੌਤ ਨਹੀਂ ਆ ਜ਼ਮੀਰ ਦਾ ਮਰ ਜਾਣਾ ਮੌਤ ਹੁੰਦੀ ਆ ਸੋ ਇਹ ਗੱਲ ਯਾਦ ਰੱਖਿਓ ਅਸੀਂ ਜ਼ਮੀਰ ਨਹੀਂ ਮਰਨ ਦੇਣੀ ਇਸ ਧਰਤੀ ਨਾਲ ਸਾਡੀ ਹੋਂਦ ਜੁੜੀ ਆ ਇਸ ਧਰਤੀ ਨਾਲ ਸਾਡਾ ਆਤਮਾ ਸਾਡੀ ਸੋਲ ਜੁੜੀ ਆ ਸੋ ਕੱਲ ਅਸਲ ਪੰਜਾਬ ਦੇਖਿਆ ਉੱਥੇ ਸਾਡੇ ਉਸ ਧਰਨੇ ਅਸਲ ਪੰਜਾਬ ਜਿਵੇਂ ਲੋਕਾਂ ਨੇ ਸੇਵਾ ਕੀਤੀ ਜਿਵੇਂ ਦੁੱਧ ਦੇ ਲੰਗਰ ਲਾਏ ਜਿਵੇਂ ਕੇਲਿਆਂ ਦੇ ਲੰਗਰ ਲਾਏ ਜਿਵੇਂ ਖਾਲਸਾ ਏਡ ਵਾਲਿਆਂ ਨੇ ਆ ਕੇ ਲੰਗਰ ਲਾਏ ਜਿਵੇਂ ਆਸ ਪਾਸ ਪਿੰਡਾਂ ਵਾਲਿਆਂ ਨੇ ਆ ਕੇ ਕਿਹਾ ਬਾਈ ਜੀ ਸੇਵਾ ਦੱਸੋ ਚਾਹ ਪਾਣੀ ਦੀ ਸੇਵਾ ਦੱਸੋ ਉਹਨਾਂ ਨੇ ਖੁੱਲ੍ਹੇ ਲੰਗਰ ਵਰਤਾਏ ਐਨ ਜਮਾਂ ਅਸਲ ਪੰਜਾਬ ਇਹ ਆ ਅਸੀਂ ਅੱਤਵਾਦੀ ਲੋਕ ਨਹੀਂ ਹਾਂ ਅਸੀਂ ਖਾਲਿਸਤਾਨੀ ਨਹੀਂ ਹਾਂ ਅਸੀਂ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ ਪਾਉਣ ਵਾਲੇ ਲੋਕ ਹਾਂ ਪਰ ਸਾਨੂੰ ਇਹਨਾਂ ਨੇ ਖਾਲਿਸਤਾਨੀ ਅੱਤਵਾਦੀ ਬਣਾ ਬਣਾ ਕੇ ਸਾਡੇ 'ਤੇ ਇਹੋ ਜਿਹੇ ਬਿਰਤਾਂਤ ਰਚੇ ਆ ਵੀ ਤੁਸੀਂ ਦੇਖ ਲਓ ਸਟੇਟ ਕਿਵੇਂ ਸਾਡੇ ਨਾਲ ਖੇਡਦੀ ਰਹੀ ਆ ਕਿਵੇਂ ਸਾਨੂੰ ਵਾਇਲੈਂਸ ਵੱਲ ਧੱਕਦੀ ਆ ਕਿਵੇਂ ਕਈਆਂ ਸਾਡੇ ਮੋਢਿਆਂ ਤੋਂ ਲਾ ਕੇ ਸਾਡੇ ਬੰਦੂਕਾਂ ਟੰਗਾ ਦਿੰਦੀ ਆ ਸੋ ਇਹਨਾਂ ਨੂੰ ਹੁਣ ਅਸੀਂ ਦੱਸਾਂਗੇ ਇੰਟਲੈਕਚੁਅਲੀ ਵੀ ਦੱਸਾਂਗੇ ਅਤੇ ਜੋਸ਼ ਅਤੇ ਜਜ਼ਬਾ ਵੀ ਇਹਨਾਂ ਨੂੰ ਦਿਖਾਵਾਂਗੇ ਤੁਹਾਡੇ ਅੰਦਰ ਇਹ ਜਿਹੜਾ ਪਲਦਾ ਜਜ਼ਬਾ ਜਵਾਨੋ ਕੱਲ੍ਹ ਤੁਹਾਨੂੰ ਸਾਡੇ ਬਾਪੂਆਂ ਨੂੰ ਸਾਡੇ ਬਜ਼ੁਰਗਾਂ ਨੂੰ ਮਾਣ ਹੋਊਗਾ ਤੁਹਾਡੇ 'ਤੇ ਤੁਹਾਡੇ ਸਾਰਿਆਂ 'ਤੇ ਮਾਣ ਹੋਊਗਾ ਮੈਂ ਇਹ ਗੱਲ ਦੱਸਦਾ ਮੈਂ ਤੁਹਾਨੂੰ ਸਿਜਦਾ ਕਰਦਾ ਬਾਈ ਆਹ ਖੇਤਾਂ ਨਹੀਂ ਦੇਖੋ ਲੈ ਕਿਹੜਾ ਲੈ ਜੂਗਾ ਇਹ ਖੇਤ ਸਾਡੇ ਤੋਂ ਜੁਰ ਤਾਂ ਕਿਸੇ ਮੋਦੀ ਛੋਦੀ ਦੀ ਸਾਡੇ ਤੋਂ ਲੈ ਜੇ ਇਹ ਖੇਤ ਇਹ ਕਿਹੜਾ ਲੈ ਜੂ ਸਾਡੀ ਮਿੱਟੀ ਸਾਡੀ ਹੋਂਦ 'ਤੇ ਕੋਈ ਗੱਲ ਆਊਗੀ ਆ ਹੀ ਨਹੀਂ ਸਕਦੀ ਜੇ ਇਹ ਜਜ਼ਬਾ ਅੰਦਰ ਪਾਲੀ ਬੈਠੀ ਹੋ ਤੁਸੀਂ ਤਾਂ ਮੈਂ ਮਾਣ ਕਰਦਾ ਤੁਹਾਡੇ ਸਾਰਿਆਂ 'ਤੇ ਅਤੇ ਸਹੁੰ ਪਾਉਣਾ ਇਸ ਧਰਤੀ ਦੀ ਸਹੁੰ ਖਾਨਾ ਵੀ ਜੇ ਮੈਂ ਇੱਕ ਪਾਸੇ ਇੱਕ ਗੱਲ ਯਾਦ ਰੱਖਿਓ ਵੀ ਇਹ ਜਿਹੜੇ ਜਜ਼ਬੇ ਜਦੋਂ ਸੰਘਰਸ਼ ਵਿੱਢਣੇ ਆ ਜਦੋਂ ਵਿਦਰੋਹ ਕਰਨਾ ਤਾਂ ਇਹ ਜਜ਼ਬਾ ਅੰਦਰ ਪਾਲ ਕੇ ਰੱਖਣਾ ਪੈਂਦਾ ਇਹਦੇ ਖਾਤਰ ਆਪਦੇ ਆਪ ਨੂੰ ਜਗਾ ਕੇ ਰੱਖਣਾ ਪੈਂਦਾ ਜੋਸ਼ ਬਹੁਤ ਆ ਸਾਡੇ 'ਚ ਸਾਡੇ 'ਚ ਹੁਣ ਹੋਸ਼ ਵੀ ਆ ਕੱਲ੍ਹ ਅਸੀਂ ਇਹ ਵੀ ਦਿਖਾਤਾ ਵੀ ਸਾਨੂੰ ਫੈਸਲੇ ਵੀ ਲੈਣੇ ਆਉਂਦੇ ਆ ਅਤੇ ਕਿਸ ਤਰ੍ਹਾਂ ਪੰਜਾਬ ਨੂੰ ਇਹ ਵੀ ਦਿਖਾਤਾ ਉਹ ਸਿਆਸੀ ਲੀਡਰਾਂ ਨੂੰ ਜਾਂ ਜਿਹੜੀਆਂ ਪਾਰਟੀਬਾਜ਼ੀਆਂ 'ਚ ਬੰਦੇ ਬੈਠੇ ਆ ਉਹਨਾਂ ਨੂੰ ਵੀ ਦਿਖਾਤਾ ਵੀ ਜਦੋਂ ਨੌਜਵਾਨ ਉੱਠ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਨਸ਼ਿਆਂ 'ਤੇ ਲੱਗੇ ਫਿਰਦੇ ਆ ਅੱਜ ਆਹ ਧਰਨੇ 'ਚ ਸ਼ੰਭੂ ਬਾਰਡਰ 'ਤੇ ਜਿਹੜਾ ਧਰਨਾ ਸੀ ਇਹਦੇ 'ਚ ਆ ਕੇ ਦੇਖਿਓ
ਇਹਦੇ 'ਚ ਸਿਰਫ ਅਤੇ ਸਿਰਫ ਤੁਹਾਨੂੰ ਉਹ ਜਵਾਨ ਹੀ ਦਿਖਣਗੇ, ਉਹ ਪੁੱਤ ਹੀ ਦਿਸਣਗੇ ਜਿਨ੍ਹਾਂ ਤੋਂ ਮਾਵਾਂ ਸਾਡੀਆਂ ਵਾਰ ਵਾਰ ਕੇ ਪਾਣੀ ਪੀਂਦੀਆਂ, ਸੌਹਾਂ ਖਾਂਦੀਆਂ, ਜਿਹਦੀ ਜਵਾਨੀ ਦਾ ਮਾਣ ਵੀ ਕਰਦੀਆਂ ਅਤੇ ਉਸ ਜਵਾਨੀ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰ ਡਰ ਵੀ ਹੁੰਦਾ ਵੀ ਜਦੋਂ ਪੁੱਤ 'ਤੇ ਉਹੋ ਜਿਹੀ ਜਵਾਨੀ ਆਉਂਦੀ ਆ, ਜਦੋਂ ਮਾਂ ਮਾਣ ਕਰਦੀ ਆ, ਚਾਹ ਹੁੰਦਾ ਉਹਨੂੰ ਉਸ ਜਵਾਨੀ ਦਾ, ਕਿਤੇ ਨਾ ਕਿਤੇ ਮਾਂ ਦੇ ਅੰਦਰ ਉਹ ਫਿਕਰ ਵੀ ਹੁੰਦਾ, ਉਹ ਸੀ ਪੰਜਾਬ ਦੀ ਜਵਾਨੀ। ਕੱਲ੍ਹ ਮਾਣ ਕਰਦਾ ਬਾਈ ਮੈਂ ਤੁਹਾਡੇ 'ਤੇ, ਸਿਜਦਾ ਕਰਦਾ ਇੱਕ ਵਾਰੀ ਫਿਰ, ਅਤੇ ਜਿਵੇਂ ਮੈਂ ਤੁਹਾਨੂੰ ਕਿਹਾ ਆਈ ਨਾਲ ਖੜੂੰਗਾ, ਆਈ ਨਾਲ ਹਾਂ ਅਸੀਂ ਤੁਹਾਡੇ, ਅਗਲੀ ਕਾਲ ਬਹੁਤ ਜਲਦੀ ਦੇਵਾਂਗੇ। ਅਤੇ ਸਾਰੇ ਇਸ ਗੱਲ 'ਚ ਡਿਸਕਸ਼ਨ ਕਰ ਰਹੇ ਆ, ਸਾਰੇ ਸਾਡੇ ਇੰਟਲੈਕਚੁਅਲ ਮਾਈਂਡਸ ਡਿਸਕਸ਼ਨ ਕਰ ਰਹੇ ਆ, ਅਸੀਂ ਕੋਈ ਗੱਲ ਇਹ ਨਹੀਂ ਕਰ ਰਹੇ, ਕਿਸੇ ਇੱਕ ਖਾਸ ਵਰਗ ਦੀ ਗੱਲ ਨਹੀਂ ਕਰ ਰਹੇ, ਕਿਸਾਨੀ ਦੇ ਨਾਲ ਹਰ ਪਹਿਲੂ ਸਾਡੀ ਜ਼ਿੰਦਗੀ ਦਾ ਜੁੜਿਆ, ਇਸ ਧਰਤੀ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ, ਜਿੰਨੇ ਸਾਡੇ ਵਰਗ ਆ, ਜਿੰਨੇ ਸਾਡੇ ਇੱਥੇ ਰਹਿੰਦੇ ਬਸ਼ਿੰਦੇ ਆ, ਪੰਜਾਬ ਦੀ ਧਰਤੀ ਮੈਂ ਫਿਰ ਕਹਿ ਰਿਹਾ ਇਤਿਹਾਸ ਲਿਖੂਗੀ, ਇਸੇ ਧਰਤੀ ਦੀ ਹਿੱਕ 'ਤੇ ਇਤਿਹਾਸ ਲਿਖਾਂਗੇ। ਸਾਨੂੰ ਹਰਿਆਣਾ ਵੀ ਫੋਲੋ ਕਰੂਗਾ, ਸਾਨੂੰ ਰਾਜਸਥਾਨ, MP, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਉੱਧਰ ਤਾਮਿਲਨਾਡੂ, ਬੰਗਾਲ, ਉਹ ਵੀ ਫੋਲੋ ਕਰਨਗੇ। ਨੈਸ਼ਨਲ ਮੂਵਮੈਂਟ ਬਣੂਗੀ, ਯਾਦ ਰੱਖਿਓ। ਸੋ ਸਟੇ ਦੇਅਰ, ਵੀ ਗੋਟ ਟੂ ਫਾਈਟ ਟੂਗੈਦਰ, ਵੀ ਆਰ ਵਨ ਐਜ ਯੂਨਿਟ। ਜਦੋਂ ਸਾਡੇ 'ਚ ਇੱਕ ਏਕਤਾ ਆ ਗਈ ਨਾ, ਸਾਡੇ 'ਚ ਕਲੈਕਟਿਵ ਕੌਨਸ਼ੀਅਸਨੈਸ ਆ ਗਈ, ਫਿਰ ਨਹੀਂ ਸਾਨੂੰ ਕੋਈ ਰੋਕ ਸਕਦਾ। ਸੋ ਮਾਣ ਕਰਦਾ ਮੈਂ ਤੁਹਾਡੇ 'ਤੇ, ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬ ਦੀ ਜਵਾਨੀ ਨੂੰ, ਸਾਡੇ ਜਵਾਨਾਂ ਨੂੰ, ਅਤੇ ਅਗਲੀ ਜਿਹੜੀ ਕਾਲ ਆ ਉਹ ਤੁਹਾਨੂੰ ਜਲਦੀ ਦੇਵਾਂਗੇ। ਬੈਠਾਂਗੇ ਸ਼ੰਭੂ ਬਾਰਡਰ 'ਤੇ, ਇਹਨਾਂ ਨੂੰ ਉੱਥੋਂ ਹੀ ਲਲਕਾਰਾਂਗੇ।